ਚਾਲ ਚੱਲੀ ਹੈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਬੈਠਿਆਂ ਨੂੰ ਉਹ ਹਜੇ ਕੀ ਹੋਇਆ ਜਾਣ ਨੂੰ ਥੋੜਾ ਟਾਈਮ ਹੋਰ ਬਹਿ ਜਾ ਹੋਰ ਗੱਲਾਂ ਕਰ ਲੈਂਦੇ ਆ ਚੱਲ ਠੀਕ ਹੈ ਤੈਨੂੰ ਪਤਾ ਸਿਮਰ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਜੇ ਮੇਰੇ ਬਸ ਹੋਵੇ ਨਾ ਸਾਰਾ ਦਿਨ ਤੇਰੇ ਨਾਲ ਗੱਲਾਂ ਕਰੀ ਜਾਵਾਂ ਰਾਤ ਨੂੰ ਵੀ ਇੱਥੇ ਮੰਜਾ ਡਾ ਲਵਾਂ ਮੈਂ ਅੱਛਾ ਜੀ ਹਾਂ ਅਤੇ ਜੇ ਤੂੰ ਹੁਕਮ ਕਰੇ ਤਾਂ ਚੰਨ ਤੋਂ ਤਾਰੇ ਵੀ ਤੋੜ ਲਿਆਉਂਗਾ ਹੈਂ ਹਾਂ ਬਸ ਕਰ ਚੰਨ ਤਾਰੇ ਤੋੜਨ ਦੀ ਗੱਲ ਕਰਦਾ ਪੇੜ ਤੋਂ ਤਾਂ ਤੂੰ ਅਮਰੂਦ ਨਹੀਂ ਤੋੜਿਆ ਜਾਂਦਾ ਨਾਲੇ ਜਿਹੜਾ ਤੈਨੂੰ ਕੰਮ ਕਿਹਾ ਸੀ ਉਹ ਤਾਂ ਤੂੰ ਕੀਤਾ ਨਹੀਂ ਲੈ ਤੈਨੂੰ ਕਿਹਨੇ ਕਿਹਾ ਹੋਇਆ ਨਹੀਂ ਇੱਕ ਮਿੰਟ ਆ ਦੇਖੋ ਓ ਵਾਓ ਇੱਕ ਮਿੰਟ ਦਿਖਾਤਾ ਸਹੀ ਕਿਉਂ ਦਿਖਾ ਦੇ ਤੈਨੂੰ ਤਾਂ ਮੈਂ ਗੱਪੀ ਲੱਗਦਾ ਪਲੀਜ਼ ਦੇ ਦੇ ਕਿਹਦਾ ਗਿਆ ਫੋਨ ਜਾ ਹੈਲੋ ਹਾਂ ਗੁਰੀ ਕਿਵੇਂ ਆ ਕੀ ਹਾਲ ਚਾਲ ਹੈ ਹਾਂ ਸਿਮਰ ਹਾਲ ਚਾਲ ਵਧੀਆ ਤੈਨੂੰ ਬਿਨਾਂ ਮਿਲੇ ਮੈਂ ਠੀਕ ਕਿਵੇਂ ਹੋ ਸਕਦੀ ਹਾਂ ਨਾਲੇ ਇੰਨੇ ਦਿਨ ਹੋ ਗਏ ਤੂੰ ਮੈਨੂੰ ਮਿਲਣ ਵੀ ਨਹੀਂ ਆਇਆ ਨਾਲੇ ਤੂੰ ਠੀਕ ਹੈ ਇਹਦਾ ਕੀ ਮਤਲਬ ਆ ਉਹ ਮੈਨੂੰ ਘਰੇ ਇੱਕ ਦੋ ਕੰਮ ਜੇ ਸੀ ਉਹ ਨਾਲੇ ਯਾਰ ਹੁਣ ਮੇਰਾ ਹੱਥ ਜਿਹਾ ਤੰਗ ਚੱਲਦਾ ਲੈ ਬਸ ਇੱਡੀ ਕੁ ਗੱਲ ਆ ਇੱਦਾਂ ਕੀ ਆ ਤੂੰ ਮੈਨੂੰ ਦੱਸ ਦਿੰਦਾ ਮੈਂ ਤੈਨੂੰ ਪੈਸੇ ਦੇ ਦਿੰਦੀ ਉਹ ਨਾ ਨਾ ਸਿਮਰ ਕਹੀ ਗੱਲਾਂ ਕਰਦੀਆਂ ਤੂੰ ਮੈਂ ਤੇਰੇ ਤੋਂ ਪੈਸਾ ਲੈਣ ਤਾਂ ਭਲਾ ਨਹੀਂ ਚੰਗਾ ਲੱਗਦਾ ਲੈ ਦੱਸ ਇਹਦੇ 'ਚ ਚੰਗਾ ਲੱਗਣ ਵਾਲੀ ਕੀ ਗੱਲ ਹੈ ਆਪਣੇ 'ਚ ਕੁਛ ਵੰਡਿਆ ਹੋਇਆ ਆ ਤੂੰ ਹੋਲਡ ਕਰ ਮੈਂ ਹੁਣੀ ਤੈਨੂੰ ਪੈਸੇ ਟ੍ਰਾਂਸਫਰ ਕਰ ਦਿੰਦੀ ਹਾਂ ਇੱਕ ਮਿੰਟ ਉਹ ਸਿਮਰ ਇਹਦੀ ਕੀ ਲੋੜ ਸੀ ਲੈ ਜੇ ਲੋੜ ਸੀ ਤਾਂ ਹੀ ਟ੍ਰਾਂਸਫਰ ਕੀਤੇ ਨੇ ਨਾਲੇ ਤੂੰ ਨਾ ਇਹ ਸਭ ਗੱਲਾਂ ਛੱਡ ਮੈਨੂੰ ਇਹ ਦੱਸ ਆਪਾਂ ਕਦੋਂ ਮਿਲਣਾ ਆ ਠੀਕ ਹੈ ਆਪਾਂ ਮਿਲਦੇ ਹਾਂ ਕੱਲ੍ਹ ਨੂੰ ਹੈ ਨਾ ਟਾਈਮ ਜਿਹਾ ਕੱਢ ਕੇ ਹਾਂ ਚੱਲ ਠੀਕ ਆ ਮੈਂ ਤੇਰੀ ਵੇਟ ਕਰੂੰਗੀ ਬਾਏ ਠੀਕ ਹੈ ਓਕੇ ਆਹ ਕੀ ਗੱਲ ਗੁਰੀ ਹੋਏ ਭਰਜਾਈ ਨੂੰ ਕਿਉਂ ਗੱਪ ਰੋੜੀ ਜਾਂਦਾ ਸੀ ਪੈਸਾ ਦੀ ਕਮੀ ਉਹ ਵੀ ਤਿਰ ਲਵੇ ਓਏ ਸਤਿਗੁਰ ਇੰਨੇ ਕੁ ਗੱਪ ਤਾਂ ਕੁੜੀਆਂ ਨੂੰ ਰੋੜਨੇ ਪੈਂਦੇ ਨੇ ਨਾਲੇ ਰਹੀ ਗੱਲ ਪੈਸੇ ਦੀ ਪੈਸੇ ਕਰਕੇ ਤਾਂ ਇਹਦੇ ਵਿੱਚ ਮੈਂ ਗੱਲ ਕਰੀ ਸੀ ਜੇ ਪੈਸੇ ਨਾ ਲਏ ਫਿਰ ਫਾਇਦਾ ਕੀ ਹੋਇਆ ਉਪਰਾਵਾ ਮੈਨੂੰ ਤੇਰਾ ਦਿਮਾਗ ਨਹੀਂ ਸੈੱਟ ਹੈਗਾ ਭਰਜਾਈ ਤੈਨੂੰ ਸੱਚਾ ਪਿਆਰ ਕਰਦੀ ਆ ਅਤੇ ਤੂੰ ਉਹਨੂੰ ਪੈਸੇ ਪਿੱਛੇ ਧੋਖਾ ਦੇ ਜਾਂਦਾ ਓਏ ਸਤਿਗੁਰ ਕਹੀਆਂ ਗੱਲਾਂ ਕਰਦਾ ਯਾਰ ਸਾਰੀ ਜ਼ਿੰਦਗੀ ਹੁਣ ਪਿਆਰ ਨਾਲ ਥੋੜ੍ਹੀ ਕੱਟੀ ਜਾਊਗੀ ਪੈਸੇ ਦੀ ਵੀ ਲੋੜ ਹੈ ਉਹ ਪੈਸਾ ਤਾਂ ਹੱਥਾਂ ਦੀ ਮੈਲ ਆ ਅੱਜ ਹੈਗਾ ਕੱਲ੍ਹ ਨੂੰ ਇਹ ਨਹੀਂ ਪਤਾ ਨਾ ਹੋਵੇ ਪਰ ਭਰਜਾਈ ਤੈਨੂੰ ਸੱਚਾ ਪਿਆਰ ਕਰਦੀ ਆ ਜੇ ਉਹਨੂੰ ਤੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਨਾ ਤਾਂ ਤੈਨੂੰ ਛੱਡ ਕੇ ਚਲੀ ਜਾਊਗੀ ਉਹ ਜਾਂਦੀ ਆ ਤਾਂ ਜਾਣ ਦੇ ਯਾਰ ਆਪਾਂ ਨੂੰ ਘੱਟ ਹੈ ਸੁੱਖਣਾ ਰੱਬ ਨੇ ਰੰਗ ਲਾ ਰੱਖੇ ਨੇ ਇੱਕ ਚਲੀ ਜਾਊ ਦੂਜੀ ਆ ਜਾਊਗੀ ਆਪਾਂ ਇਹ ਗੱਲਾਂ ਦੀ ਟੈਨਸ਼ਨ ਨਹੀਂ ਲੈਂਦੇ ਆਹ ਲੈ ਇੱਕ ਕੱਟਿਆ ਦੂਜਾ ਆ ਗਿਆ 500 ਤੋਂ ਪਵਾ ਲਿਆ 500 ਤੋਂ ਪਵਾ ਲਾਂਗੇ ਬਣ ਗਈ ਨਾ 1000 ਦੀ ਦਿਹਾੜੀ ਐਂ ਸਕੀਮ ਲਾਈ ਦੀ ਆ ਹੈਲੋ ਹਾਂ ਜਾ ਨਾ ਉਹ ਵਧੀਆ ਵਧੀਆ ਤੂੰ ਸੁਣਾ ਕਮਾਲ ਦੀ ਬੰਦਾ ਯਾਰ ਲੋਕ ਅੱਜ ਕੱਲ੍ਹ ਸੱਚੇ ਪਿਆਰ ਨੂੰ ਤਰਸਦੇ ਨੇ ਇਹਨੂੰ ਮਿਲਿਆ ਇਹ ਬੇਕਦਰੀ ਕਰੀ ਜਾਂਦਾ ਚੱਲ ਇਹਦਾ ਤਾਂ ਟਾਈਮ ਪਾਸ ਹੋ ਜੂਗਾ ਆਪਾਂ ਤਾਂ ਕੰਮ ਕਰਦੇ ਹਾਂ ਬਾਪੂ ਨੇ ਫੋਨ ਕਰਿਆ ਸੀ ਖੇਤ ਚੱਲਦੇ ਹਾਂ
हेलो दोस्तों, आज मैं तुहानू एक अमेजिंग ट्रेडिंग प्लेटफॉर्म बारे दसन जा रहा जिहदा नाम है विनोमो। यह एप्पल स्टोर ते प्ले स्टोर दोनों ते अवेलेबल है। ये तुसीं अलग अलग असिस्ट ते ट्रेड कर सकते हो, जिवें कि गोल्ड, फॉरन करंसी लाइक US डॉलर ते यूरो। इस प्लेटफॉर्म ते सब तो पहला तुसीं अपना असिस्ट सिलेक्ट करना ते फिर प्रेडिक्ट करना है कि फॉरकास्ट उपर जाऊगा जां नीचे। मैं तुहानू एग्जाम्पल दिना, आ देखो मैं अपनी ट्रेड ते 700 रुपया लाया। लै मेरा फॉरकास्ट जमा सही होया। हुण मैं अपनी जित्ती हुई अमाउंट अपने बैंक अकाउंट या पेटीएम च विदड्रॉ कर लूँ आसानी 24 घंटे के विच विच। ते एक गल ध्यान रखियो, इत्थे तुहानू लॉस भी हो सकदा। तुसीं इत्थे घट तो घट 350 रुपये च ट्रेड कर सकते हो। तो जे तुसीं मेरा प्रोमो कोड यूज़ करते हो तो तुहानू पैसे डबल मिलेंगे, यानी कि हो जूगा 700 रुपया। तो फटाफट जाओ विनोमो ऐप नू डाउनलोड करो, लिंक डिस्क्रिप्शन च है। तो एक गल होर, जे तुसीं मेरे लिंक तो डाउनलोड करते हो तो तुहानू 65,000 रुपये तुहाडे डेमो अकाउंट च मिलेंगे ट्रेड करने लई। तो जाओ फटाफट जाके डाउनलोड करो। इन्ने दिन मिले नहीं है तुसीं, फिर तुहानू पता तो हैगा घरों कित्थों निकल दिंदे ने घर दे मैनू। अच्छा अज अज टाइम लग गया फिर की तां जन्ने कल कॉलेज बहाने आन दिंदे ने, हुण तां जमा नहीं निकल दिंदे घरों। अच्छा कॉल ही कर लेनी आ उन्हें, पूछ दियां कित्थे। बहाना बना। हेलो गुरी, तू सुन रहा ना, मैं तेनू की कही जा रही हां। हां सिमर, ओ यार साढ़े सीरी तबीयत खराब हो गई, मैं तो उन्होंने दवाई दवा आया हुआ, वह अज नहीं अपन मिले जाना। हाँ आ की फोन कटता, मेरी गल भी नहीं सुनी। चल ये मुसीबत भी टली। किन्ने दिन हो गए ना गुरी मेनू मिलन आंदा आ ना मेरे नाल फोन ते गल करदा आ, जे ऑनलाइन होवे तो रिप्लाई नहीं करदा। इहनू होया की आ? जो गोल ते गल करा तो कहूगा डॉक्टर दे आ, जो कोई बहाना बना दिंदा। चल आए कर दिया, मैं उन्हें फोन करके मिलने लिए बुलानी हाँ तो सारी गल क्लीयर कर दी। अमर का फोन किधरों आ गया? हेलो। हाँ गुरी कित्थे आ? मैं पार्क च बैठा। चल आनी है मैं भी। चल ठीक है आ जा। ठीक ठीक है। इधर आओ भी अज गल करी ले। की गल गुरी, हुण तू मेरे लिए टाइम ही नहीं कढ़दा। की दसा सिमर यार, काम ही बहुत होंगे ने, मैं तो कॉलेज भी डम्मी ले ली ताही। अच्छा और आई नहीं पता हूँ भी बैठे बैठे फोन आ जाए काम नू। अच्छा मैंने ये दस, तू असाइनमेंट बना ली? कल लास्ट डेट आ सबमिट करवानी है कि घर के कामों में भी भुल गया? ओहो मैं तो बनानी भुल गया। हूँ फिर तू बना दी यार प्लीज़। चल कोई ना मैं बना दूंगी, पर कॉलेज आके सबमिट तेनू करवानी पैनी है। ठीक है वो तो मैं करा दूंगा। चल ठीक है सिमर, मैं कम याद आ गया, मैं चलना फिर। चल ठीक है। चल मैं हूँ आए कर दी हाँ।
दुकान तो ना असाइनमेंट वाले पेज ले जानी हूँ तो बनानी हूँ जाके। बुरी लगता है मैं देख दिया जाके गुरी ना सी तेरा जरूरी काम वो सिमर गल तो सुन ला मेरी तेन मैं समझा ना सारा बस कोई लोड़ नहीं मेनू समझाने दी सब दिखता पया मेनू की हो रहा है नहीं प्यार सी तेरा मैं तो तेनू दिलों कीता सी ते तू मेनू धोखा दे रहा तेनू शर्म नहीं आई ओ सिमर तेनू मैं समझाना तेनू गलतफहमी हो गई कोई बस गुरी मैं सच्ची नहीं सोचिया सी तू इदा करेगा मेरे नाल ओ सिमर गल तो सुन ला तू एदे नाल मेनू भी धोखा दित्ता मैं कदे सपने च भी नहीं सोचिया सी गुरी मेनू धोखा दूगा पर तेनू दिल तां दे दई है तू रौला पा देना आ कुड़ी नू क्यों रहा एह क्यों खड़ी आ मैनू लगदा मरन लगदी आ ओ की होया जी ओ क्यों मर लगे तुसी ओ की हो गया जी सानू लेत्रो प्लीज छड़ दे मेनू प्लीज मेनू मार लैन दो ओ क्यों जी क्यों मरन लगे हो प्लीज छड़ दे मेनू ओ की होया की जी मेनू दसदा सी ओ क्यों मर लगे दसदा सी मेनू प्लीज मेनू रोको ना मेनू मार ले कुछ दसोगे भी क्यों मरन लगे हो छाल मार देंगे मिल जाता जनू प्यार कर लग जाता आज सोच का कोई टाइम नहीं मैं घरे छा आज चलो मेरे नाल ही चलो जी।
ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਬੋਲੋ। ਅੱਜ ਨਾ ਭੂਆ ਰਿਸ਼ਤੇ ਬਾਰੇ ਗੱਲ ਕਰ ਰਹੀ ਸੀ, ਜੇ ਤੂੰ ਵਿਆਹ ਕਰਾਉਣ ਲਈ ਰਾਜ਼ੀ ਆ ਮੈਂ ਤੇਰੇ ਵਿਆਹ ਲਈ ਗੱਲ ਕਰ ਲਾਂ। ਪਾਲੀ ਮੈਂ ਇਹ ਕਹਿ ਰਹੀ ਸੀ ਕਿ ਬੀ ਏ ਕੰਪਲੀਟ ਹੋ ਜਾਣ ਦੋ। ਉਹ ਬੀ ਏ ਬੂਏ ਯਾਰ ਬਾਅਦ 'ਚ ਕਰੀ ਜਾਈ, ਆਪਾਂ ਵਿਆਹ ਕਰਾ ਲਈਏ, ਮੈਂ ਕਿਹੜਾ ਹੱਟ ਆਉਣਾ ਤੈਨੂੰ ਪੜ੍ਹਾਉਣ ਕਿ ਨਹੀਂ ਹੋ। ਚਲੋ ਠੀਕ ਹੈ, ਕਰ ਲਓ ਗੱਲ ਵਿਆਹ ਦੀ। ਬਸ ਤੂੰ ਹੁਣ ਦੋ ਲੜਨ ਬੰਨ ਦੀ ਤਿਆਰੀ ਕਰ ਲੈ, ਜੱਟ ਟਰੈਕਟਰ 'ਤੇ ਬਰਾਤ ਲੈ ਕੇ ਆਊਗਾ। ਕੁਝ ਜ਼ਿਆਦਾ ਜਲਦੀ ਨਾ ਜੀ, ਹੋਰ ਆਪਣੀ ਪ੍ਰੀ ਵੈਡਿੰਗ ਵਿੱਚ ਹੀ ਰਹਿ ਜੇ। ਉਹ ਪ੍ਰੀ ਵੈਡਿੰਗ ਨਹੀਂ, ਜੱਟ ਤਾਂ ਪੋਸਟ ਵੈਡਿੰਗ ਹੀ ਕਰਾਊਗਾ। ਪੋਸਟ ਵੈਡਿੰਗ? ਹਾਂ ਸੱਚੀ ਤੇਰਾ ਕੁਛ ਨਹੀਂ ਹੋ ਸਕਦਾ, ਤੂੰ ਤਾਂ ਪਾਗਲ ਆ। ਉਹ ਲੈ ਸਿਮਰ ਧੂਰੇ ਬੈਠੇ, ਮੈਂ ਤੈਨੂੰ ਉੱਧਰ ਲੱਭੀ ਜਾਂਦਾ। ਗੁਰੀ ਤੂੰ ਇੱਥੇ ਕਿਵੇਂ? ਉਹ ਸਿਮਰ ਮੈਨੂੰ ਯਾਰ ਮਾਫ਼ ਕਰ ਦੇ, ਜਿਹੜਾ ਕੁਛ ਵੀ ਹੋਇਆ ਨਾ ਅਣਜਾਣੇ 'ਚ ਹੋ ਗਿਆ, ਹੁਣ ਤੂੰ ਮੈਨੂੰ ਮਾਫ਼ ਕਰ ਦੇ। ਸਿਮਰ ਮੈਨੂੰ ਪਤਾ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ, ਨਾਲੇ ਹੁਣ ਤੈਨੂੰ ਰੋਣ ਦੀ ਲੋੜ ਨਹੀਂ, ਮੈਂ ਵਾਪਸ ਆ ਗਿਆ, ਹੁਣ ਤੈਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਹੈਗਾ ਮੈਂ। ਬਸ ਬਹੁਤ ਹੋ ਗਿਆ ਗੁਰੀ, ਤੂੰ ਮੈਨੂੰ ਖਿਡੌਣਾ ਸਮਝ ਕੇ ਰੱਖਿਆ ਕਿ ਜਦੋਂ ਦਿਲ ਕੀਤਾ ਤਾਂ ਖੇਡ ਲਿਆ ਅਤੇ ਜਦੋਂ ਮਨ ਭਰ ਗਿਆ ਤਾਂ ਸੁੱਤਾ। ਪਲੀਜ਼ ਉਸ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਨਾ ਆਈ। ਉਹ ਸਿਮਰ ਇਹ ਕੀ ਕਹੀ ਇੰਨੀ ਤੂੰ? ਤੂੰ ਵੀ ਤਾਂ ਮੈਨੂੰ ਪਿਆਰ ਕਰਦੀ ਹੈ, ਨਾਲੇ ਤੂੰ ਤਾਂ ਐਵੇਂ ਕਹਿੰਦੀ ਹੈ ਮੈਂ ਤੈਨੂੰ ਕਦੇ ਪਿਆਰ ਹੀ ਨਹੀਂ ਕੀਤਾ। ਕਰਦੀ ਸੀ ਪਰ ਹੁਣ ਨਹੀਂ, ਨਾਲੇ ਜਦੋਂ ਤੂੰ ਮੈਨੂੰ ਮਰਨ ਲਈ ਛੱਡਤਾ ਸੀ ਨਾ, ਉਦੋਂ ਪਾਲੀ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ। ਤੂੰ ਮੇਰਾ ਕੱਲ੍ਹ ਸੀ ਅਤੇ ਪਾਲੀ ਅੱਜ। ਚੱਲ ਪਾਲੀ ਚੱਲੀਏ, ਆਪਾਂ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਓ। ਜਿਹੜੇ ਆਪਣੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਘੰਟੀ ਵਾਲਾ ਬਟਨ ਦੱਬ ਲਿਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਅਤੇ ਤੁਸੀਂ ਕਮੈਂਟ ਕਰ ਸਕੋ। ਹੁਣ ਬੋਲਾਂਗੇ ਆਪਾਂ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕੀਤੇ ਸੀ। ਹਾਂਜੀ ਅਤੇ ਜੀ ਆਪਣਾ ਸੈਨੀ, ਸਰਬਜੀਤ ਬਰਾੜ, ਲਵੀ ਬਾਵਾ, ਤੇਰਾ ਉਹੀ ਕਮਾਨ, ਰਮਨਦੀਪ ਕੌਰ, ਕਰੇਜੀ ਗੇਮਿੰਗ, ਹਿਮਾਂਸ਼ੂ ਵਰਮਾ, ਚੰਨੀ ਝਿੰਜਰ, ਦੀਪ ਕੌਰ, ਸੰਦੀਪ ਸੈਨੀ, ਰੋਬਿਨ ਬਾਜਵਾ, ਅਮਨ ਫੌਜੀ, ਰਾਜਕਰਨ, ਜਸਕਰਨ ਨਿਰਮਾਣ ਅਤੇ ਇੱਕ ਕਿਰਨ ਕੌਰ। ਇਹ ਸੀ ਆਪਣੇ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕੀਤੀ ਸੀ। ਤੁਸੀਂ ਵੀ ਕਰਿਆ ਕਰੋ, ਫਿਰ ਤੁਹਾਡਾ ਵੀ ਨਾਂ ਬੋਲਾਂਗੇ। ਹਾਂਜੀ ਹੋਰ ਜੀ, ਅਤੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਫੋਲੋ ਕਰ ਲਿਓ, ਕੋਈ ਵੀ ਕੰਮ ਹੋਵੇ ਉੱਥੇ ਜਾ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ। ਹਾਂਜੀ ਪ੍ਰਦੀਪ ਜੀ, ਯੂਟਿਊਬ 'ਤੇ ਇੱਕ ਚੈਨਲ ਆ ਗੰਡੂਆਂ ਜੀ ਟੀ ਵੀ, ਇਹੀ ਸਾਡਾ ਅਫੀਸ਼ੀਅਲ ਚੈਨਲ ਆ। ਅਸੀਂ ਸਿਰਫ ਜਿਹੜੀਆਂ ਜਿੰਨੀਆਂ ਵੀ ਵੀਡੀਓ ਆਉਣਗੀਆਂ ਸਾਡੀਆਂ ਸਿਰਫ ਇਸੇ ਚੈਨਲ 'ਤੇ ਆਉਣਗੀਆਂ, ਸਾਡਾ ਹੋਰ ਕਿਸੇ ਚੈਨਲ ਕੋਈ ਲੈਣਾ ਦੇਣਾ ਨਹੀਂ। ਹਾਂਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਇਹੀ ਚੈਨਲ ਸਬਸਕ੍ਰਾਈਬ ਕਰੋ। ਹਾਂਜੀ ਹੁਣ ਮਿਲਦੇ ਹਾਂ ਨੈਕਸਟ ਵੀਕ ਨਿਊ ਵੀਡੀਓ ਨਾਲ। ਥੈਂਕ ਯੂ।